ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈੱਬ ਟੀ ਵੀ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਹਫ਼ਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ। ਬਾਲੀਵੁੱਡ ਦੇ ਵਿੱਚ ਪਿਆਰ ਵੀ ਬਹੁਤ ਹੈ ਅਤੇ ਪਿੱਠ ਪਿੱਛੇ ਤਕਰਾਰ ਵੀ ਬਹੁਤ ਹੈ, ਪਰ ਜਿਹੜੀ ਇਹ ਪਿੱਠ ਪਿੱਛੇ ਵਾਲੀ ਤਕਰਾਰ ਹੈ, ਜਦੋਂ ਮੀਡੀਏ ਦੇ ਮੂਹਰੇ ਆਉਂਦੀ ਹੈ ਤਾਂ ਕਈ ਕਿਸਮ ਦੀਆਂ ਰੰਗ ਬਿਰੰਗੀਆਂ ਵੰਨ ਸੁਵੰਨੀਆਂ ਖਬਰਾਂ ਬਣਦੀਆਂ। ਜਿਸ ਤਰੀਕੇ ਨਾਲ ਅੱਜ ਦੀ ਤਰੀਕ ਦੇ ਵਿੱਚ ਤਨੂ ਸ਼੍ਰੀ ਦੱਤਾ ਦੀਆਂ ਖਬਰਾਂ ਬਣਦੀਆਂ ਨਾਨਾ ਪਾਟੇਕਰ ਦੇ ਨਾਲ ਕਈ ਤਰ੍ਹਾਂ ਦੇ ਸੰਬੰਧਾਂ ਦੇ ਕਰਕੇ। ਦਰਅਸਲ ਮਾਮਲਾ 10 ਵਰੇ ਪੁਰਾਣਾ। ਵੈਸੇ ਤਾਂ ਅੱਜ ਦਾ ਸਮਾਂ ਇਹੋ ਜਿਹਾ ਕਿ ਸਵੇਰ ਦੀ ਗੱਲ ਆਥਣ ਤੱਕ ਚੇਤੇ ਨਹੀਂ ਰਹਿੰਦੀ, ਪਰ ਤਨੂ ਸ਼੍ਰੀ ਦੱਤਾ ਨੇ ਇਹ ਗੱਲ ਕਹੀ ਹੈ ਕਿ 10 ਵਰੇ ਪਹਿਲਾਂ ਇੱਕ ਫਿਲਮ ਦੇ ਸੈੱਟ ਦੇ ਉੱਤੇ ਸੀ ਅਸੀਂ, ਅਤੇ ਉੱਥੇ ਮੇਰੇ ਨਾਲ ਬਦਤਮੀਜ਼ੀ ਹੋਈ ਸੀ। ਹੌਰਨ ਓਕੇ ਪਲੀਜ਼ ਉਸ ਫਿਲਮ ਦਾ ਨਾਂ ਸੀ, ਫਿਲਮ ਬਹੁਤੀ ਨਹੀਂ ਸੀ ਚੱਲੀ, ਅਤੇ ਤਨੂ ਸ਼੍ਰੀ ਨੇ ਕਿਹਾ ਕਿ ਉਸ ਵਕਤ ਨਾਨਾ ਪਾਟੇਕਰ ਦੇ ਵੱਲੋਂ ਮੈਨੂੰ ਕਈ ਅਸੱਭਿਅਕ ਗੱਲਾਂ ਕਹੀਆਂ ਗਈਆਂ ਸੀ। ਮੈਨੂੰ ਕਿਹਾ ਗਿਆ ਸੀ ਕਿ ਥੋੜ੍ਹੇ ਜਿਹੇ ਕੱਪੜੇ ਪਾਓ ਅਤੇ ਫਲਾਣੇ ਫਲਾਣੇ ਡਾਂਸ ਦੇ ਸਟੈਪ ਕਰੋ, ਜਿਹੜੇ ਕਿ ਮੈਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਨਾਨਾ ਪਾਟੇਕਰ ਨੇ ਇਸ ਮਾਮਲੇ ਦੇ ਉੱਤੇ ਹੁਣ ਚੁੱਪ ਤੋੜੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਕਤ ਮੈਂ ਰਾਜਸਥਾਨ ਦੇ ਇੱਕ ਹਿੱਸੇ ਦੇ ਵਿੱਚ ਸ਼ੂਟਿੰਗ 'ਤੇ ਹਾਂ। ਮੈਂ 7 ਜਾਂ 8 ਅਕਤੂਬਰ ਨੂੰ ਵਾਪਸ ਮੁੰਬਈ ਪਰਤ ਜਾਣਾ। ਉਸ ਤੋਂ ਬਾਅਦ ਮੈਂ ਮੀਡੀਏ ਦੀ ਅੱਖ ਦੇ ਵਿੱਚ ਅੱਖ ਪਾ ਕੇ ਸਾਰੀ ਗੱਲ ਦਾ ਉੱਤਰ ਦੇਵਾਂਗਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰਾ ਕਿਰਦਾਰ ਤੁਸੀਂ ਫਿਲਮਾਂ ਵਿਚਲਾ ਦੇਖ ਲਓ, ਮੇਰਾ ਕਿਰਦਾਰ ਤੁਸੀਂ ਪਰਿਵਾਰ ਵਿਚਲਾ ਵੇਖ ਲਓ। ਜੇਕਰ ਤੁਹਾਨੂੰ ਇਹ ਲੱਗਦਾ ਕਿ ਮੈਂ ਅਸੱਭਿਅਕ ਬੰਦਾ, ਜੇਕਰ ਤੁਹਾਨੂੰ ਇਹ ਲੱਗਦਾ ਕਿ ਮੇਰਾ ਕਿਰਦਾਰ ਵਿਗੜਿਆ ਹੋਇਆ, ਜੇਕਰ ਤੁਹਾਨੂੰ ਇਹ ਲੱਗਦਾ ਕਿ ਮੈਂ ਚੰਗੇ ਤੋਂ ਉਲਟ ਇਨਸਾਨ ਹਾਂ, ਤਾਂ ਇਹ ਤੁਸੀਂ ਆਪਣੀ ਰਾਏ ਜਿਹੜੀ ਬਣਾਈ ਆ ਹੋ ਸਕਦਾ ਸਹੀ ਹੋਵੇ, ਪਰ ਮੈਂ ਤਾਂ ਕਦੇ ਫਿਲਮ ਦੇ ਵਿੱਚ ਕਿਸੇ ਨੂੰ ਗਾਲ ਨਹੀਂ ਕੱਢੀ, ਮੈਂ ਤਾਂ ਕਦੇ ਫਿਲਮ ਦੇ ਵਿੱਚ ਅਸੱਭਿਅਕ ਦ੍ਰਿਸ਼ ਨਹੀਂ ਕੀਤਾ, ਤਾਂ ਮੈਂ ਤਨੂ ਸ਼੍ਰੀ ਦੱਤਾ ਨੂੰ ਕਿਹੜੀ ਗੱਲੋਂ ਕਹੂੰਗਾ ਕਿ ਮੈਨੂੰ ਇੱਦਾਂ ਨਹੀਂ, ਇੱਦਾਂ ਦੇ ਤੇਰੇ ਸੀਨ ਪਸੰਦ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਕਤ ਮੇਰੇ ਕੋਲ ਦੋ ਰਾਹ। ਇੱਕ ਤਾਂ ਇਹ ਆ ਵੀ ਜੋ ਲੋਕ ਕਹਿੰਦੇ ਆ ਉਹ ਕਹੀ ਜਾਣਦੇ, ਉਹ ਫਰਕ ਕੀ ਪੈਂਦਾ, ਕਿਉਂਕਿ 10 ਵਰੇ ਪੁਰਾਣਾ ਮਾਮਲਾ ਇਹ ਹੈਗਾ, ਉਦੋਂ ਕਿਉਂ ਨਾ ਤਨੂ ਸ਼੍ਰੀ ਬੋਲੀ। ਪਰ ਦੂਜਾ ਰਾਹ ਇਹ ਹੈਗਾ ਕਿ ਮੈਂ ਅਦਾਲਤ ਦਾ ਦਰਵਾਜ਼ਾ ਖੜਕਾਵਾਂ, ਮਾਣਹਾਨੀ ਦਾ ਕੇਸ ਤਨੂ ਸ਼੍ਰੀ ਦੇ ਖਿਲਾਫ਼ ਕਰਾਂ। ਉਹਨੇ ਕਿਹਾ ਕਿ ਮੈਂ ਦੋਵੇਂ ਹੀ ਰਸਤਿਆਂ ਦੇ ਬਾਰੇ ਸੋਚ ਲਿਆ, ਬਹੁਤ ਜਲਦ ਮੈਂ ਇੱਕ ਰਾਹ ਦੇ ਉੱਤੇ ਤੁਰ ਪੈਣਾ। ਪਰ ਇੱਕ ਗੱਲ ਹੋਰ ਆ ਕਿ ਤਨੂ ਸ਼੍ਰੀ ਦੱਤਾ ਨੇ ਅੱਜ ਕੱਲ੍ਹ ਕਈ ਲੋਕਾਂ ਨੂੰ ਲਪੇਟੇ ਵਿੱਚ ਲੈਣਾ ਸ਼ੁਰੂ ਕੀਤਾ। ਵਿਵੇਕ ਅਗਨੀਹੋਤਰੀ ਨਾਂ ਦੇ ਜਿਹੜੇ ਫਿਲਮ ਨਿਰਦੇਸ਼ਕ ਹੈ, ਉਹਨਾਂ ਦੇ ਨਾਲ ਤਨੂ ਸ਼੍ਰੀ ਨੇ ਕਾਫੀ ਲੰਮਾ ਸਮਾਂ ਪਹਿਲਾਂ ਚੌਕਲੇਟ ਫਿਲਮ ਦੇ ਵਿੱਚ ਕੰਮ ਕੀਤਾ ਸੀ। ਉਹਨਾਂ 'ਤੇ ਵੀ ਇਹ ਦੋਸ਼ ਲਾ ਦਿੱਤੇ ਕਿ ਮੈਨੂੰ ਤਾਂ ਜੀ ਫਲਾਣੇ ਫਲਾਣੇ ਸਟੈਪ ਕਰਨ ਦੇ ਲਈ ਕਿਹਾ ਗਿਆ ਸੀ। ਬਾਲੀਵੁੱਡ ਦੇ ਵਿੱਚ ਬਹੁਤ ਕੁਝ ਚੱਲਦਾ ਅਤੇ ਕਈ ਕੁਝ ਚੱਲਦਾ ਚੱਲਦਾ ਰੁਕ ਵੀ ਜਾਂਦਾ। ਬਾਲੀਵੁੱਡ ਦੇ ਵਿੱਚ ਚਰਚਾ ਦੇ ਵਿੱਚ ਆਉਣ ਦੇ ਲਈ ਕਈ ਮੁੰਡੇ ਅਤੇ ਕਈ ਕੁੜੀਆਂ ਕਈ ਕਿਸਮ ਦੇ ਡਰਾਮੇ ਕਰਦੇ ਆ। ਮੈਨੂੰ ਨਿੱਜੀ ਤੌਰ ਦੇ ਉੱਤੇ ਇਹ ਜਾਪਦਾ ਕਿ ਤਨੂ ਸ਼੍ਰੀ ਦੇ ਵੱਲੋਂ ਇਹ ਜੋ ਕੀਤਾ ਜਾ ਰਿਹਾ ਇਹ ਸਿਰਫ ਖਬਰਾਂ ਦੇ ਵਾਸਤੇ ਕੀਤਾ ਜਾ ਰਿਹਾ ਹੋਵੇਗਾ, ਕਿਉਂਕਿ ਇੱਕ ਦਿਨ, ਦੋ ਦਿਨ, ਇੱਕ ਮਹੀਨਾ, ਦੋ ਮਹੀਨੇ, ਚਾਰ ਮਹੀਨੇ ਕਿਸੇ ਘਟਨਾ ਨੂੰ ਵਾਪਰਿਆ ਹੋ ਗਏ ਹੋਣ ਅਤੇ ਬਾਅਦ ਦੇ ਵਿੱਚ ਅਸੀਂ ਜੇਕਰ ਮੂੰਹ ਖੋਲ੍ਹਦੇ ਹਾਂ ਤਾਂ ਉਹਦੀ ਕੋਈ ਤੁੱਕ ਨਹੀਂ ਬਣਦੀ। ਅਤੇ ਜੇਕਰ ਤਨੂ ਸ਼੍ਰੀ ਅੱਜ ਦੀ ਤਰੀਕ ਦੇ ਵਿੱਚ 10 ਵਰੇ ਪੁਰਾਣੀਆਂ ਗੱਲਾਂ ਨੂੰ ਮੀਡੀਏ ਦੇ ਮੂਹਰੇ ਰੱਖ ਰਹੀ ਹੈ ਤਾਂ ਮਤਲਬ ਇਹਦਾ ਇੱਕੋ ਹੀ ਹੈ ਕਿ ਉਹ ਚਰਚਾ ਦੇ ਵਿੱਚ ਰਹਿਣ ਦੀ ਸ਼ਾਇਦ ਚਾਹਵਾਨ ਹੋਵੇ। ਵੈਸੇ ਸੁਣ ਨੂੰ ਇਹ ਵੀ ਗੱਲ ਆਈ ਹੈ ਕਿ ਉਹ ਫਿਲਮਾਂ ਦੇ ਵਿੱਚ ਨਵੀਂ ਪਾਰੀ ਖੇਡਣ ਦੀ ਕੋਸ਼ਿਸ਼ ਕਰਨ ਜਾ ਰਹੀ ਹੈ। ਬਾਲੀਵੁੱਡ ਦੇ ਕਲਾਕਾਰਾਂ ਨੂੰ ਇਹ ਨਹੀਂ ਦੇਣੀ, ਆਪਾਂ ਸਾਰੇ ਜਾਣਦੇ ਹਾਂ ਕਿ ਕੈਂਸਰ ਦੀ ਨਾਮੁਰਾਦ ਬਿਮਾਰੀ ਚਿੰਬੜੀ ਹੋਈ ਹੈ। ਵੈਸੇ ਤਾਂ ਇਹ ਬਿਮਾਰੀ ਦੁਨੀਆ ਦੇ ਹਰ ਹਿੱਸੇ ਦੇ ਵਿੱਚ ਪੈਰ ਪਸਾਰ ਚੁੱਕੀ ਹੈ। ਵੈਸੇ ਤਾਂ ਇਸ ਬਿਮਾਰੀ ਦੇ ਪੰਜਾਬ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕੀਤਾ ਹੈ। ਮਾਲਵਾ ਹੋਵੇ, ਮਾਝਾ ਹੋਵੇ, ਦੁਆਬਾ ਹੋਵੇ, ਇਸ ਬਿਮਾਰੀ ਦੇ ਪੀੜਤ ਚੰਬੇ ਹੋਏ ਲੋਕਾਂ ਦੇ ਉਤਰੇ ਹੋਏ ਚਿਹਰੇ ਦੇਖ ਕੇ ਕਦੇ ਕਦੇ ਮਨ ਦੇ ਵਿੱਚ ਖਿਆਲ ਆਉਂਦੇ ਆ ਕਿ ਇਹ ਸਾਰਾ ਕੁਝ ਕੁਦਰਤ ਦੇ ਵੱਲੋਂ ਕਿਉਂ ਕੀਤਾ ਜਾ ਰਿਹਾ, ਜਾਂ ਫਿਰ ਇਹ ਸਾਰਾ ਕੁਝ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਹੋ ਰਿਹਾ। ਹੁਣ ਪਤਾ ਲੱਗਾ ਕਿ ਪਿਛਲੇ ਦਿਨੀ ਇੱਕ ਫਿਲਮ ਸਾਜ਼ ਨਿਰਦੇਸ਼ਕ ਆ ਜਿਹੜੀ ਕਲਪਨਾ ਲਾਜ਼ਮੀ ਕੈਂਸਰ ਦੀ ਬਿਮਾਰੀ ਕਰਕੇ ਉਹ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ। ਸ਼ਾਇਦ ਕਿਉਂਕਿ ਅਸੀਂ ਹਿੰਦੀ ਫਿਲਮਾਂ ਨਾਲ ਜੁੜੇ ਹੋਏ ਹਾਂ, ਪੰਜਾਬੀ ਨਾਲ ਜੁੜੇ ਹੋਏ ਹਾਂ, ਸਾਨੂੰ ਤੇਲਗੂ, ਦੱਖਣ ਦੀਆਂ ਹੋਰ ਫਿਲਮਾਂ ਦੇ ਮੁਤਲਕ ਘੱਟ ਜਾਣਕਾਰੀ ਹੁੰਦੀ ਹੈ, ਕਿਉਂਕਿ ਉਹ ਉਹਨਾਂ ਦੀ ਜ਼ੁਬਾਨ ਦੀਆਂ ਫਿਲਮਾਂ ਉਹਨਾਂ ਦੇ ਮੀਡੀਏ ਦੇ ਵਿੱਚ ਸਾਹਮਣੇ ਆਉਂਦੀਆਂ। ਪਰ ਪਤਾ ਲੱਗਾ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਕਲਪਨਾ ਲਾਜ਼ਮੀ ਨੇ ਔਰਤਾਂ ਦੇ ਕਿਰਦਾਰ ਨੂੰ ਪੇਸ਼ ਕੀਤਾ, ਔਰਤਾਂ ਨੂੰ ਕੇਂਦਰਿਤ ਰੱਖ ਕੇ ਉਹਨੇ ਬਹੁਤ ਸਾਰੀਆਂ ਫਿਲਮਾਂ ਦਾ ਨਿਰਮਾਣ ਕੀਤਾ, ਜਿਨ੍ਹਾਂ ਦੇ ਵਿੱਚ ਇੱਕ ਰੁਦਾਲੀ ਫਿਲਮ ਸੀ, ਇਸ ਤੋਂ ਇਲਾਵਾ ਦਰਮਿਆਨ ਫਿਲਮ ਸੀ ਅਤੇ ਦਮਨ। ਇਹ 3 ਫਿਲਮਾਂ ਬੜੀਆਂ ਮਸ਼ਹੂਰ ਹੋਈਆਂ। ਕਲਪਨਾ ਲਾਜ਼ਮੀ ਦੇ ਤੁਰ ਜਾਣ ਦੀਆਂ ਖਬਰਾਂ ਮੀਡੀਏ ਦੇ ਬਹੁਤ ਛੋਟੇ ਹਿੱਸੇ ਦੇ ਵਿੱਚ ਆਈਆਂ, ਪਰ ਜਿਹੜੇ ਜਿਹੜੇ ਲੋਕਾਂ ਦੇ ਵੱਲੋਂ ਕਲਪਨਾ ਦੇ ਨਿਰਦੇਸ਼ਨ ਦੀ ਸਲਾਹਨਾ ਕੀਤੀ ਜਾਂਦੀ ਸੀ, ਉਹਨਾਂ ਨੇ ਕਿਹਾ ਕਿ ਸੱਚੀ ਮੁੱਚੀ ਸਿਨੇਮਾ ਜਗਤ ਨੂੰ ਉਹਦੇ ਤੁਰ ਜਾਣ ਨਾਲ ਬੇਹੱਦ ਵੱਡਾ ਘਾਟਾ ਪਿਆ। ਪੰਜਾਬੀ ਫਿਲਮਾਂ ਆਉਂਦੀਆਂ ਰਹਿਣ, ਚੰਗੀਆਂ ਆਉਂਦੀਆਂ ਰਹਿਣ ਅਤੇ ਉਹ ਚੱਲਦੀਆਂ ਰਹਿਣ ਅਤੇ ਦੁਬਾਰਾ ਫਿਰ ਬਣਦੀਆਂ ਰਹਿਣ, ਇਹ ਵੱਖੋ ਵੱਖਰੀਆਂ ਪ੍ਰਕਿਰਿਆਵਾਂ। ਅਤੇ ਜੇਕਰ ਸੱਚੀ ਮੁੱਚੀ ਪੰਜਾਬੀ ਫਿਲਮਾਂ ਚੰਗੀਆਂ ਹੋਣ ਤਾਂ ਦਰਸ਼ਕ ਉੱਡ ਉੱਡ ਕੇ ਸਿਨੇਮਾ ਨੂੰ ਜਾਂਦੇ ਆ। ਹੁਣ ਪਤਾ ਲੱਗਾ ਕਿ ਇੱਕ ਫਿਲਮ ਆਉਣ ਵਾਲੀ ਆ 12 ਅਕਤੂਬਰ ਨੂੰ, ਇਹਦਾ ਨਾਂ ਹੈ ਸਨ ਆਫ ਮਨਜੀਤ ਸਿੰਘ। ਅਸੀਂ ਇਸ ਫਿਲਮ ਦਾ ਟ੍ਰੇਲਰ ਦੇਖਿਆ, ਟ੍ਰੇਲਰ ਦੇ ਵਿੱਚ ਬੜੀ ਭਾਵੁਕਤਾ ਵਾਲੀ ਗੱਲ ਹੈ। ਟ੍ਰੇਲਰ ਦੇ ਵਿੱਚ ਦਿਖਾਇਆ ਗਿਆ ਪਿਓ ਪੁੱਤ ਦੇ ਜੋੜੇ ਨੂੰ। ਪਿਓ ਜਿਹੜਾ ਉਹ ਚਾਹੁੰਦਾ ਕਿ ਮੇਰਾ ਮੁੰਡਾ ਬੈਂਕਿੰਗ ਖੇਤਰ ਦੇ ਵਿੱਚ ਕੁਝ ਨਾ ਕੁਝ ਕਰੇ, ਘਰ ਦੀ ਜਿਹੜੀ ਮੰਦੜੀ ਹਾਲਤ ਆ ਉਹਨੂੰ ਸੁਧਾਰੇ, ਇਹ ਚੰਗਾ ਪੜ੍ਹੇ, ਅੰਗਰੇਜ਼ੀ ਦੇ ਵੱਲ ਧਿਆਨ ਦੇਵੇ, ਹੋਰ ਭਾਸ਼ਾਵਾਂ ਨੂੰ ਸਿੱਖੇ, ਕਿਤਾਬੀ ਕੀੜਾ ਬਣ ਜਾਵੇ।
ਉਹਦੀ ਪੜ੍ਹਾਈ ਦੇ ਵੱਲ ਖਿੱਚਣੀ, ਉਹਦੀ ਚੌਕੇ ਛੱਕੇ ਲਾਉਣ ਦੇ ਵੱਲ ਚਾਹਨਾ। ਉਹ ਖੇਡਦਾ ਲੁਕ ਲੁਕ ਕੇ, ਪਰ ਐਂਡ ਦੇ ਉੱਤੇ, ਅਖੀਰ ਦੇ ਉੱਤੇ ਜੋ ਕੁਝ ਅਸੀਂ ਟ੍ਰੇਲਰ ਦੇ ਵਿੱਚ ਦੇਖਿਆ, ਬਾਪ ਬੇਟੇ ਦੀ ਤਕਰਾਰ ਹੁੰਦੀ ਹੈ। ਗੁਰਪ੍ਰੀਤ ਘੁੱਗੀ ਦੀ ਅਦਾਕਾਰੀ ਵਾਲੀ ਇਹ ਫਿਲਮ ਹੈ। ਕਪਿਲ ਸ਼ਰਮਾ ਦੇ ਵੱਲੋਂ ਇਹਦੇ ਉੱਤੇ ਪੂੰਜੀ ਨਿਵੇਸ਼ ਕੀਤਾ ਗਿਆ। ਇਹਦੇ ਵਿੱਚ ਕੁਝ ਕੁ ਹੋਰ ਲੋਕਾਂ ਨੇ ਵੀ ਆਪਣਾ ਤਿਲ ਫੁੱਲ ਪੂੰਜੀ ਨਿਵੇਸ਼ ਕੀਤਾ ਹੈਗਾ, ਅਤੇ ਗੁਰਪ੍ਰੀਤ ਘੁੱਗੀ ਦੀ ਅਦਾਕਾਰੀ ਇਹਦੇ ਵਿੱਚ ਸਲਾਹੁਣ ਯੋਗ ਲੱਗਦੀ ਹੈ ਜਿੰਨਾ ਕੁ ਟ੍ਰੇਲਰ ਦੇਖਿਆ ਗਿਆ। ਇਹਦੇ ਵਿੱਚ ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ, ਜਪਜੀ ਖਹਿਰਾ ਅਤੇ ਕਈ ਹੋਰ ਕਲਾਕਾਰ ਮਲਕੀਤ ਰਾਉਣੀ ਸਮੇਤ ਸ਼ਾਮਿਲ ਨੇ। ਪਰ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਗੁਰਪ੍ਰੀਤ ਘੁੱਗੀ ਦਾ ਇਸ ਵਕਤ ਰਾਜਨੀਤਿਕ ਕੈਰੀਅਰ ਜਿਹੜਾ ਭਾਵੇਂ ਉਹ ਪਰੇ ਹੋ ਕੇ ਚੱਲ ਰਿਹਾ ਹੋਵੇ, ਪਰ ਫਿਲਮੀ ਕੈਰੀਅਰ ਇਸ ਵਕਤ ਲੀਹ ਦੇ ਉੱਤੇ ਆ, ਅਤੇ ਉਹਦੇ ਵੱਲੋਂ ਲਗਾਤਾਰ ਵੱਖਰੇ ਵਿਸ਼ੇ ਦੇ ਉੱਤੇ ਆਧਾਰਿਤ ਫਿਲਮਾਂ ਕੀਤੀਆਂ ਜਾ ਰਹੀਆਂ। ਇਹ ਫਿਲਮ ਕਿੰਨੀ ਕੁ ਕਾਮਯਾਬੀ ਹਾਸਲ ਕਰੇਗੀ ਕੁਝ ਕਹਿ ਨਹੀਂ ਸਕਦੇ, ਪਰ ਟ੍ਰੇਲਰ ਪ੍ਰਭਾਵਸ਼ਾਲੀ ਹੈ। ਅਤੇ ਜਾਂਦੇ ਜਾਂਦੇ ਦੋਸਤੋ, ਜੇਕਰ ਅਸੀਂ ਗੱਲ ਕਰੀਏ ਫਿਲਮ ਅਫਸਰ ਦੀ, ਤਾਂ ਇਹ 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਨਦਰ ਫਿਲਮਜ਼ ਅਤੇ ਵਿਹਲੀ ਜਨਤਾ ਗਰੁੱਪ ਦੇ ਵੱਲੋਂ ਇਹ ਫਿਲਮ ਤਿਆਰ ਕੀਤੀ ਗਈ ਹੈ। ਇਸ ਫਿਲਮ ਦੇ ਨਿਰਮਾਤਾ ਨੇ ਅਮੀਕ ਵਿਰਕ ਹੋਰੀ। ਇਸ ਫਿਲਮ ਤੋਂ ਇਸ ਕਰਕੇ ਵੱਧ ਆਸਾਨ ਹੈ ਕਿਉਂਕਿ ਤਰਸੇਮ ਜੱਸੜ ਇਸ ਫਿਲਮ ਦੇ ਵਿੱਚ ਹੈ। ਇਹਦੇ ਵਿੱਚ ਗਾਇਕਾ ਤੋਂ ਨਾਇਕਾ ਬਣੀ ਨਿਮਰਤ ਖਹਿਰਾ ਵੀ ਹੈ। ਇਹਦੇ ਵਿੱਚ ਕਈ ਹੋਰ ਚੰਗੇ ਕਲਾਕਾਰ ਵੀ ਹੈ। ਆਪਾਂ ਜਾਣਦੇ ਹਾਂ ਕਿ ਰੱਬ ਦਾ ਰੇਡੀਓ ਫਿਲਮ ਕਰਨ ਕਰਕੇ ਤਰਸੇਮ ਜੱਸੜ ਦੀ ਚੌਂ ਪਾਸੀ ਚਰਚਾ ਛਿੜੀ ਸੀ, ਅਤੇ ਉਹਦੀ ਪਹਿਲੀ ਫਿਲਮ ਹੋਣ ਦੇ ਬਾਵਜੂਦ ਇਸ ਸੁਪਰ ਡੁਪਰ ਹਿੱਟ ਹੋਈ ਸੀ। ਹੁਣ ਇਹ ਅਫਸਰ ਫਿਲਮ ਜਿਹੜੀ 5 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਹ ਕਿਹੋ ਜਿਹਾ ਮਾਰਕਾ ਮਾਰਦੀ ਹੈ ਇਹ ਵਕਤ ਦੱਸੇਗਾ। ਪਰ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਇਸ ਫਿਲਮ ਦੇ ਗਾਣੇ ਨੇ ਜਿਹੜੇ ਉਹ ਦਰਸ਼ਕਾਂ ਦੇ ਵੱਲੋਂ ਖਾਸੇ ਪਸੰਦ ਕੀਤੇ ਜਾ ਰਹੇ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਅਗਲੇ ਹਫ਼ਤੇ ਮਨੋਰੰਜਕ ਦੁਨੀਆ ਪ੍ਰੋਗਰਾਮ ਦੇ ਤਹਿਤ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਅਜੀਤ ਵੈਬ ਟੀਵੀ। ਤੁਹਾਡੀ ਬਹੁਤ ਬਹੁਤ ਮਿਹਰਬਾਨੀ।